ਸਤਿ ਸ਼੍ਰੀ ਅਕਾਲ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਆਫੀਸ਼ੀਅਲ YouTube ਚੈਨਲ Meet Academy ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਤੁਹਾਨੂੰ ਪਤਾ ਹੀ ਹੈ Meet Academy ਚੈਨਲ ਤੁਹਾਨੂੰ ਉਹੀ ਦੱਸਦਾ ਹੈ ਜੋ ਐਕਚੁਅਲ ਦੇ ਵਿੱਚ ਹੁੰਦਾ ਹੈ ਹਜੀ ਇੱਕ ਹਫਤਾ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਜਿਹੜਾ ਨੋਟੀਫਿਕੇਸ਼ਨ ਆ ਉਹ ਮੰਡੇ ਤੱਕ ਆ ਜਾਏਗਾ ਪੰਜਾਬ ਦੇ ਵਿੱਚ 8393 ਵੈਕੈਂਸੀਜ਼ ਦਾ ਤਾਂ ਉਹ ਇੱਕ ਦਿਨ ਲੇਟ ਹੋ ਗਿਆ ਅੱਜ ਹੀ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤਾ ਗਿਆ ਹੈ ਕਿਹੜੀ ਵੈਕੈਂਸੀਜ਼ ਹੈ ਮੈਂ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਦੱਸਾਂਗੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੂਗਾ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ 4 ਤੋਂ 5 ਹੋਰ ਨਵੇਂ ਨੋਟੀਫਿਕੇਸ਼ਨ ਆਊਟ ਕੀਤੇ ਜਾ ਚੁੱਕੇ ਡਿਸਟ੍ਰਿਕਟ ਕੋਰਟ ਦਾ ਵੀ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਦਾ ਲੇਟੈਸਟ ਅਪਡੇਟ ਹੈ ਤੇ ਪਟਵਾਰੀ ਦਾ ਵੀ ਇੱਕ ਦੋ ਦਿਨਾਂ ਚ ਨੋਟੀਫਿਕੇਸ਼ਨ ਤਾਂ ਹੁਣ ਆਪਾਂ ਗੱਲ ਕਰਾਂਗੇ ਰਿਕਰੂਟਮੈਂਟ ਦੀ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਸਾਡੀ ਵੈਬਸਾਈਟ ਤੇ ਜਦੋਂ ਤੁਸੀਂ ਜਾਉਂਗੇ ਚੌਥੇ ਜਾਂ ਪੰਜਵੇਂ ਨੰਬਰ ਤੇ ਤੁਹਾਨੂੰ ਮਿਲ ਜੇਗਾ ਡਾਇਰੈਕਟ ਲਿੰਕ ਹੈ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਉੱਥੇ ਰੀਡ ਕਰ ਸਕਦੇ ਆ ਸਾਡੀ ਆਫੀਸ਼ੀਅਲ ਵੈਬਸਾਈਟ www.clory.com ਜਿੰਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਗਿਆ ਉੱਥੇ ਜਾ ਕੇ ਤੁਸੀਂ ਵਧੇਰੀ ਇਨਫੋਰਮੇਸ਼ਨ ਵੀ ਲੈ ਸਕਦੇ ਆ ਬਾਕੀ ਸਟੱਡੀ ਮਟੀਰੀਅਲ ਤੁਸੀਂ ਕਿਸੇ ਵੀ ਜੌਬ ਦੀ ਤਿਆਰੀ ਕਰ ਰਹੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਆ ਹੁਣ ਆਪਾਂ ਚੱਲਦੇ ਆ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਉੱਥੇ ਜਾ ਕੇ ਗੱਲ ਕਰਦੇ ਆ ਕਿਹੜੀ ਕਿਹੜੀ ਵੈਕੈਂਸੀਜ਼ ਨੂੰ ਆਊਟ ਕੀਤਾ ਗਿਆ ਕਿਵੇਂ ਤੁਸੀਂ ਅਪਲਾਈ ਕਰਨਾ ਇੰਪੋਰਟੈਂਟ ਡੇਟਸ ਇੰਪੋਰਟੈਂਟ ਲਿੰਕ ਔਰ ਤੁਹਾਡੇ ਸਿਲੈਕਸ਼ਨ ਇਹਦੇ ਵਿੱਚ ਕਿੱਦਾਂ ਹੋਣਗੇ ਚੱਲਦੇ ਆਪਾਂ ਆਪਣੀ ਆਫੀਸ਼ੀਅਲ ਸਾਈਟ ਦੇ ਉੱਤੇ ਤੁਸੀਂ ਦੇਖ ਸਕਦੇ ਆਪ ਆਪ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਆ ਚੁੱਕੇ ਆ ਇਹ ਪੰਜਾਬ ਐਜੂਕੇਸ਼ਨ ਰਿਕਰੂਟਮੈਂਟ ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤਾ ਗਿਆ ਮੈਂ ਤੁਹਾਨੂੰ 6 ਦਿਨ ਪਹਿਲਾਂ ਦੱਸ ਦਿੱਤਾ ਸੀਗਾ ਕਿ ਇਹ ਨੋਟੀਫਿਕੇਸ਼ਨ ਮੰਡੇ ਆ ਜਾਏਗਾ ਮੰਡੇ ਨਹੀਂ ਆ ਪਾਇਆ ਤੇ ਟਿਊਜ਼ਡੇ ਆ ਚੁੱਕਾ ਆ ਮੇਲ ਐਂਡ ਫੀਮੇਲ ਦੋਨੋਂ ਹੀ ਜਿਹੜੇ ਅਪਲਾਈ ਕਰ ਸਕਦੇ ਆ ਐਲੀਜੀਬਲ ਨੇ ਅਪਲਾਈ ਕਰ ਸਕਦੇ ਆ 8393 ਵੈਕੈਂਸੀਜ਼ ਨੂੰ ਇੱਥੇ ਆਊਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਥੋੜਾ ਸਕਰੋਲ ਕਰੋਗੇ ਤੁਹਾਨੂੰ ਇੱਥੇ ਇੰਪੋਰਟੈਂਟ ਲਿੰਕ ਦੇਖ ਸਕਦੇ ਤੁਸੀਂ ਪੰਜਾਬ ਦੀਆਂ ਜਿਹੜੀ ਲੇਟੈਸਟ ਗਵਰਨਮੈਂਟ ਜੌਬਸ ਹੈ ਅਤੇ ਅਪਕਮਿੰਗ ਗਵਰਨਮੈਂਟ ਜੌਬਸ ਹੈ ਉਹਦੀ ਇਨਫੋਰਮੇਸ਼ਨ ਤੁਸੀਂ ਇੱਥੇ ਲੈ ਸਕਦੇ ਜਿਵੇਂ ਪੰਜਾਬ ਪਟਵਾਰੀ ਦਾ ਲੇਟੈਸਟ ਅਪਡੇਟ ਪੰਜਾਬ ਪੁਲਿਸ ਭਰਤੀ ਦਾ ਲੇਟੈਸਟ ਨਿਊਜ਼ ਤੁਸੀਂ ਇੱਥੇ ਦੇਖ ਸਕਦੇ ਆ ਲੇਟੈਸਟ ਪੰਜਾਬ ਗਵਰਨਮੈਂਟ ਜੌਬਸ ਦੇ ਇੱਥੇ ਕਲਿੱਕ ਕਰ ਸਕਦੇ ਆ ਐਸਬੀਆ ਦੀ ਰਿਕਰੂਟਮੈਂਟ ਇੱਥੇ ਤੁਸੀਂ ਚੈੱਕ ਕਰ ਸਕਦੇ ਜਿਹੜੀ ਪੰਜਾਬ ਵਾਸਤੇ ਵੀ ਆਈ ਹੋਈ ਹੈ ਇੱਥੇ ਸੈਂਟਰਲ ਗਵਰਨਮੈਂਟ ਦੀ ਵੈਕੈਂਸੀਜ਼ ਦੀ ਵੀ ਜਾਣਕਾਰੀ ਤੁਸੀਂ ਲੈ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਪੰਜਾਬ ਦੀ ਜਿਹੜੀ ਟੀਚਰ ਦੀ ਵ ਉਸੇ ਦੇ ਬੇਸਿਸ ਤੇ ਤੁਹਾਡੀ ਇਹਦੇ ਵਿੱਚ ਸਿਲੈਕਸ਼ਨ ਹੋ ਜਾਣੀ ਹੈ ਬਹੁਤ ਹੀ ਵਧੀਆ ਮੌਕਾ ਤੁਹਾਡੇ ਕੋਲ ਇੱਥੇ ਆ ਚੁੱਕਿਆ ਹੈ ਬਹੁਤ ਸਾਰੇ ਕੈਂਡੀਡੇਟ ਦੇ ਕਮੈਂਟ ਆ ਰਹੇ ਸੀ ਕਿ ਆਨਲਾਈਨ ਕਦੋਂ ਸ਼ੁਰੂ ਹੋਣਗੇ ਫਾਰਮ ਤਾਂ ਅੱਜ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤਾ ਗਿਆ ਹੈ ਜਨਰਲ OBC ਵਾਸਤੇ 1000 ਰੁਪਏ ਐਪਲੀਕੇਸ਼ਨ ਦੀ ਫੀਸ ਰੱਖੀ ਗਈ ਹੈ SC ST ਲਈ 500 ਰੁਪਏ ਪੇਮੈਂਟ ਮੋਡ ਜਿਹੜਾ ਆਨਲਾਈਨ ਹੋਊਗਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੈਟ ਬੈਂਕਿੰਗ ਦੇ ਥਰੂ ਤੁਸੀਂ ਕਰ ਸਕਦੇ ਆ ਹੁਣ ਆਪਾਂ ਗੱਲ ਕਰਦੇ ਆਂ ਇਸ ਵੈਕੈਂਸੀ ਦੇ ਵਿੱਚ ਉਮਰ ਹੱਦ ਕੀ ਮੰਗੀ ਗਈ ਹੈ ਤੁਹਾਡੀ ਉਮਰ 18 ਤੋਂ 37 ਸਾਲ ਦੇ ਵਿੱਚ ਹੈ ਤੁਸੀਂ ਅਪਲਾਈ ਕਰ ਸਕਦੇ ਆ ਪਲੱਸ ਰਿਲੈਕਸੇਸ਼ਨ ਤੁਹਾਨੂੰ ਦਿੱਤਾ ਜਾ ਰਿਹਾ ਸੈਲਰੀ ਐਸ ਪਰ ਰੂਜ਼ ਹੋਊਗੀ ਉਸ ਤੋਂ ਬਾਅਦ ਗੱਲ ਕਰਦੇ ਆ ਇਹਦੇ ਵਿੱਚ ਕੁਆਲਿਫੀਕੇਸ਼ਨ ਦੀ ਇਹਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਕਿ 12th ਕਲਾਸ ਬੀ ਦਾ ਜਿਹੜਾ ਇੰਟਰਮੀਡੀਏਟ ਦਾ ਸਰਟੀਫਿਕੇਟ ਔਰ ਉਹਦੇ ਇਕੁਅਲ ਸਾਡੇ ਕੋਈ ਹੈਗਾ ਤਾਂ ਤੁਸੀਂ ਐਲੀਜੀਬਲ ਹੋ ਜਾਂ ਫਿਰ ਤੁਸੀਂ ਡਿਪਲੋਮਾ ਕੀਤਾ ਹੋਇਆ ਨਰਸਿੰਗ ਟੀਚਰ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ 1 ਸਾਲ ਤੋਂ ਘੱਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਔਰ ਜਾਂ ਫਿਰ ਤੁਸੀਂ ਉਹਦੇ ਇਕੁਅਲ ਕੋਈ ਵੀ ਅਦਰ ਕੋਰਸ ਕੀਤਾ ਹੈ ਤਾਂ ਤੁਸੀਂ ਜੀਵਲ ਹੈ ਅਪਲਾਈ ਕਰ ਸਕਦੇ ਆ 10ਵੀਂ ਜਿਹੜੀ ਹੈ ਤੁਹਾਡੀ ਉਹ ਪੰਜਾਬੀ ਸਬਜੈਕਟ ਨਾਲ ਪਾਸ ਆਊਟ ਹੋਣੀ ਜ਼ਰੂਰੀ ਹੈ ਚਾਹੇ ਉਹ ਕੰਪਲਸਰੀ ਸਬਜੈਕਟ ਹੋਵੇ ਚਾਹੇ ਫਿਰ ਇਲੈਕਟਿਵ ਹੋਵੇ ਉਸ ਤੋਂ ਬਾਅਦ ਟਾਪ 5 ਗਵਰਨਮੈਂਟ ਜਿਹੜਾ ਤੁਸੀਂ ਇੱਥੇ ਚੈੱਕ ਕਰ ਸਕਦੇ ਆਂ ਔਰ ਅਪਲਾਈ ਕਰਨ ਦਾ ਤੁਸੀਂ ਜਿਹੜਾ ਸਟਾਰਟ ਹੋਊਗਾ 1 ਦਸੰਬਰ ਤੋਂ ਲਿੰਕ ਐਕਟਿਵੇਟ ਹੋਵੇਗਾ ਲਾਸਟ ਡੇਟ ਅਪਲਾਈ ਕਰਨ ਦੀ 21 ਦਸੰਬਰ ਹੈ ਐਗਜ਼ਾਮ ਡੇਟਸ ਵਗੈਰਾ ਦੀ ਇਨਫੋਰਮੇਸ਼ਨ ਇਹਨਾਂ ਨੇ ਹਜੇ ਨਹੀਂ ਦਿੱਤੀ ਆ ਨੋਟੀਫਿਕੇਸ਼ਨ ਇਹਨੂੰ ਡਾਊਨਲੋਡ ਕਰਕੇ ਪਹਿਲਾਂ ਪੜ੍ਹ ਲਓ ਜੇ ਤੁਸੀਂ ਐਲੀਜੀਬਲ ਹੈ ਤਾਂ ਤੁਸੀਂ ਰੈਡੀ ਰਹਿਣਾ ਅਪਲਾਈ ਕਰ ਲੈਣਾ ਠੀਕ ਹੈ ਇਹ ਅਪਲਾਈ ਆਨਲਾਈਨ ਦਾ ਲਿੰਕ ਆ ਜਿਹੜਾ ਇੱਕ ਤਰੀਕ ਨੂੰ ਐਕਟੀਵੇਟ ਕਰ ਦਿੱਤਾ ਜਾਊਗਾ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ